जी असलकम की हाल है जनाब सब दोस्तान उम्मीद करना तुझे सारे बिल्कुल ठीक होगे और मैं भी अल्लाह के फजिलोक्रम बिल्कुल ठीक ठाक हाँ और अज एक और नवा वीडियो लैके जनाब ती खिदमत हाजिर हो दोस्तों काफ़ी बर्फबारी फिर बारिश भी है। और हूँ फिर के नाल दा रात नई है बर्फ ਤਾਂ ਨਜ਼ਰ ਆ ਰਹੀ ਹੈ ਪਿੱਛੇ ਤੇ ਟੈਂਪਰੇਚਰ ਪਿਛਲੇ ਦਿਨਾਂ ਤੇ ਗਿਆ ਸੀ ਮਾਈਨਸ 17 ਤੱਕ ਤੇ ਬਹਰ ਫਿਰ ਠੀਕ ਹੋ ਗਿਆ ਹੁ ਅੱਜ ਦਾ ਵੀਡੀਓ ਕੁਇ ਇਸ ਤਰ੍ਹਾਂ ਹੈ ਕਿ ਜ਼ਰੂਰਤ ਬੜਾਈ ਟੈਕਸੀ ਡਰਾਈਵਰ ਔਰ ਅਲhamdulillah ਸੀ ਅੱਗੇ ਵੀ ਮਦਦ ਕੀਤੀ ਸੀ ਇੱਕ ਟਰੱਕ ਵਾਸਤੇ ਬਰਿੰਗ ਵਿੱਚ ਬੰਦਾ ਚਾਹੀਦਾ ਸੀ ਔਰ ਅਲhamdulillah ਇੱਕ ਨਹੀਂ ਬਲਕਿ ਦੋ ਬੰਦੇ ਕਾਮਯਾਬ ਹੋਏ ਨੇ ਤੇ ਅੱਜ ਦਾ ਜਨਾਬ ਵੀਡੀਓ ਹੈ ਟੈਕਸੀ ਦੇ ਬਾਰੇ ਵਾ ਜ਼ਰੂਰਤ ਬਰਾਏ ਟੈਕਸੀ ਡਰਾਈਵਰ ਔਰ ਅਕਸਰ ਮੈਂ ਇੱਕ ਗੱਲ ਕਨਫਰਮ ਕਰਦਾ ਕਿ ਕਾਫੀ ਦੋਸਤਾਂ ਦੇ ਕਮੈਂਟਸ ਆਏ ਹੁੰਦੇ ਨੇ ਕਿ ਭਾਈ ਹਮਾਰਾ ਅਗੇ ਕੋਈ ਨਹੀਂ ਹੈਲਪ ਕਰੋ ਇਹ ਵੋ ਔਰ ਕੋਈ ਕੰਮ ਦੇ سلسلے ਚ ਹੈਲਪ ਕਰੋ ਮੇਰੇ ਵਾਸਤੇ ਜਿੰਨਾ ਕੋ ਹੁੰਦਾ ਮੈਂ ਉਤਨਾ ਕਰਨਾ ਕਿਉਂਕਿ ਇੱਥੇ ਉਹ ਯੂਨਾਨ ਇਟਲੀ ਸਪੇਨ ਵਾਲਾ ਸਾਬ ਨਹੀਂ ਅਗਰ ਮੈਂ ਕਿਧਰੇ ਲੱਗੇ ਆ ਤੇ ਆਖਾਂ ਇਹ ਬੰਦਾ ਰੱਖ ਲੋ ਨਹੀਂ ਇੱਥੇ ਦਾ ਸਿਸਟਮ ਔਨਲਾਈਨ ਹੈ ਸਭ ਦੇਸੀਆਂ ਬੰਦਿਆਂ ਨਾਲ ਨਾ ਮੇਰਾ ਵਾਸਤਾ ਪਿਆ ਨਾ ਮੈਂ ਕੰਮ ਕੀਤਾ ਤੇ ਇਸ ਵਾਸਤੇ ਜਿਸ ਵਲ ਕੋਈ ਗੁੰਜਾਇਸ਼ ਨਿਕਲਦੀ ਆ ਉਹ ਟੈਕਸੀ ਦੇ ਬਾਰੇ ਇੱਕ ਬੰਦੇ ਨੇ ਕਿਹਾ ਔਰ ਮੈਂ ਉਸੇ ਵੇੜੇ ਕੋਸ਼ਿਸ਼ ਕੀਤੀ ਕਿ ਯਾਰ ਵੀਡੀਓ ਬਣਾਵਾ ਕਿ ਚਲੋ ਕਿਸੇ ਦਾ ਭਲਾ ਹੋ ਜੇ ਔਰ ਟੈਕਸੀ ਵਾਸਤੇ ਮੈਂ ਇੱਕ ਗੱਲ ਫੇਰ ਕਨਫਰਮ ਕਰਦਾ সুইডਨ ਦੇ ਪੇਪਰ ਹੋਣਾ ਜ਼ਰੂਰੀ ਨੇ ਫੇਰ ਨਾ ਕਿਉਂਕਿ ਮੇਰੇ ਕੋ ਪੁਰਤਗਾਲ ਦਾ ਇਟਲੀ ਦਾ ਜਿੱਥੇ ਦਾ ਵੀ ਟੈਕਸੀ ਦਾ ਲਾਇਸੈਂਸ ਸੀ ਜਿਤਨਾ ਚੇਅ ਤੁਹਾਡੇ ਕੋ ਸਵੀਟਨ ਦੇ ਪੇਪਰ ਨਹੀਂ ਨਾ ਤੁਸੀਂ ਨਹੀਂ ਚਲਾ ਸਕਦੇ ਅਗਰ ਕਿਧਰੇ ਵੀ ਤੁਸੀਂ ਇਮੀਗ੍ਰੇਸ਼ਨ ਜੀ ਜਾਂ ਕਿਧਰੇ ਕੰਟਰੈਕਟ ਦੋਗੇ ਤੁਹਾਡੇ ਪੇਪਰ ਰਿਜੈਕਟ ਹੋ ਜਾਣਗੇ ਤੁਹਾਡੇ ਕੋਲ ਅਗਰ ਬੀ ਲਾਇਸੈਂਸ ਹੈ ਫਿਰ ਵੀ ਤੁਹਾਨੂੰ professionl driving ਕਰਨ ਦੀ ਇਜਾਜ਼ਤ ਨਹੀਂ ਹੈ ਆਪਣੀ ਗੱਡੀ ਤੁਸੀਂ ਚਲਾ ਸਕਦੇ ਹੋ ਦੋਸਤੋ ਕਾਫੀ ਬੰਦਿਆਂ ਦੇ ਪੇਪਰ ਰਿਜੈਕਟ ਹੋਏ ਨੇ ਮੈਂ ਥੱਕ ਚੁੱਕਿਆ ਦੱਸ-ਦੱਸ ਕੇ ਜਿਸ ਵੇਲੇ ਮਸਲਾ ਬਣਦਾ ਨੇ ਫੇਰ ਆਦਨ ਉਹ ਯਾਰ ਕਾਸ਼ ਸਾਨੂੰ ਕਿਸੇ ਪਹਿਲਾਂ ਦੱਸਿਆ ਹੁੰਦਾ ਔਰ ਹਾਂ ਉਹ ਇੱਕ ਪਾਕਿਸਤਾਨੀ ਭਾਈ ਨੇ ਉਹਨਾਂ ਨੇ ਜਨਾਬ ਸ਼ੁਰੂ ਵਿੱਚ 3 ਮਹੀਨੇ ਕੰਮ ਕੀਤਾ ਹੈ ਬੁਡਬੀ ਦਾ ਜਿਹੜੇ ਪਾਰਸਲ ਵਗੈਰਾ ਹਨ ਉਹ ਦਿੰਦੇ ਨੇ ਮਸਲਨ ਦੁਕਾਨਾਂ ਤੇ ਅੱਗੇ ਪਿੱਛੇ ਔਰ ਬਾਅਦ ਵਿੱਚ ਉਹਨੇ ਕੰਮ ਚੇਂਜ ਕਰ ਲਿਆ 11 ਮਹੀਨੇ ਬਾਅਦ ਉਹਦਾ ਜੋ ਡਿਸੀਜਨ ਆਇਆ ਉਹ ਜਨਾਬ ਉਹਨਾਂ ਪੇਪਰ ਰਿਜੈਕਟ ਕੀਤੇ ਨੇ ਉਹਦੀ وجہ ਕੀ ਲਾਈ ਹੈ ਕਿ ਜੀ ਇਨੇ ਸ਼ੁਰੂ ਦੇ 3 ਮਹੀਨੇ ਗੈਰ ਕਾਨੂੰਨੀ ਕੰਮ ਕੀਤਾ ਸੀ ਤੇ ਲਿਹਾਜ਼ਾ ਸੇਮ ਐ ਟੈਕਸੀ ਦਾ ਮੈਂ ਤੁਹਾਨੂੰ ਦੱਸ ਰਿਹਾ 스ਵੇਡਨ ਦੇ ਪੇਪਰ ਅਗਰ ਹੈਨ ਨੇ ਤੇ ਟੈਕਸੀ ਦਾ ਲਾਇਸੈਂਸ ਹੈ ਤੇ ਉਹਦੇ ਵਾਸਤੇ ਜਨਾਬ ਬਹੁਤ ਅੱਛਾ ਟੈਕਸੀ ਦਾ ਕੰਮ ਮੌਜ ਕਰੇ ਦਾ ਬਰਫਾ ਤੂਫਾਨ ਨਾ ਵੰਦੇ ਆਰਾਮ ਸਕੂਨ ਨਾਲ ਕੰਮ ਕਰੇ ਦਾ ਆਪਣਾ ਔਰ ਜਿਹੜੇ ਉਹਦੇ ਬਣਦੇ ਨੇ ਪੈਸੇ ਉਹ ਨੂੰ ਲੱਭਣ ਦੇ ਕੰਟਰੈਕਟਰ ਲੱਭੇ ਦਾ ਸਾਰੀਆਂ ਜ਼ਰੂਰਤਾਂ ਜਿਹੜੀਆਂ ਹੁੰਦੀਆਂ ਨੇ ਉਹ ਪੂਰੀਆਂ ਹੋਣ ਦੀਆਂ ਸਿਰਫ ਔਰ ਸਿਰਫ ਐ ਮੈਂ بار-बार ਕਹਿ ਰਿਹਾ ਕਿਉਂਕਿ ਅਕਸਰ ਐ ਹੁਣ ਮੈਂ ਨੰਬਰ ਅੱਗੇ ਦੇ ਰਿਹਾ ਔਰ ਇਹਦਾ ਇਹ ਨਹੀਂ ਮਤਲਬ ਕਿ ਹੁਣ ਮੈਸੇਜ ਸ਼ੁਰੂ ਹੋ ਜਾਂ ਜੀ ਮੇਰੇ ਕੋਲੇ ਵੀ ਹੈ ਮੈਂ ਇਹ ਸਪੇਨ ਬੈਠੇ ਆ ਤੇ ਅੱਗੂ ਆਵਣਾ ਜਿੰਨਾ ਚਿਰ ਸਵਿਡਨ ਦਾ ਕਾਰਡ ਨਹੀਂ ਤੁਹਾਡੇ ਕੋਲੇ ਤੁਸੀਂ ਟੈਕਸੀ ਡਰਾਈਵ ਨਹੀਂ ਕਰ ਸਕਦੇ ਕਾਫੀ ਦੋਸਤਾਂ ਦੇ ਪੇਪਰ ਰਿਜੈਕਟ ਹੋਏ ਨੇ ਔਰ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਕੋਈ ਬੰਦੇ ਚਾਹਦਾ ਹੈ ਪਹਿਲਾ ਜਿਨ੍ਹਾਂ ਦੇ ਪਾਸ ਹੋਏ ਨੇ ਇਸ ਜ਼ਰੀਏ ਔਰ ਉਹ ਕੇਸ ਅਫੀਸਰ ਤੇ ਡਿਪੈਂਡ ਹੈ ਦੋ ਕੇਸ ਅਫੀਸਰ ਨੇ ਇੱਕ ਕੇ ਪਤਾ ਤੁਹਾਡੇ ਕੋਈ ਨਾ ਪੁੱਛੇ ਤੇ ਤੁਹਾਨੂੰ ਆਰ ਚੀਜ਼ ਚਾ ਦੇ ਇੱਕ ਕੇ ਪਤਾ ਸੁਵਿਧੇ ਨੱਕੇ ਚੁਲੰਗਾਏ ਕਿਉਂਕਿ ਉਹਨਾਂ ਤੇ ਡਿਪੈਂਡ ਹੈ ਕੀ ਉਹ ਪੁੱਛ ਸਕਦੇ ਨੇ ਕੀ ਨਹੀਂ ਪੁੱਛ ਤੇ ਲਿਆਜ਼ਾ ਮੈਂ ਫਿਰ ਬਾਰ ਬਾਰ ਦੱਸ ਰਿਹਾ ਕਿ ਸਿਰਫ ਔਰ ਸਿਰਫ ਉਹ ਬੰਦੇ ਜਿਨ੍ਹਾਂ ਕੋਲੇ 스웨ਡਨ ਦੇ ਕਾਰਡ ਨੇ 스웨ਡਨ ਦੇ ਪੇਪਰ ਨੇ ਉਹ ਟੈਕਸੀ ਇਹ ਚਲਾ ਸਕਦੇ ਨੇ ਬਾਕੀ ਜਿਹੜੇ ਨੇ ਕਾਫੀ ਦੋਸਤ ਹੈ ਤੂੰ ਗਏ ਨੇ ਜਿਸ ਵੇ ਪੇਪਰ ਰਿਜੈਕਟ ਹੁੰਦੇ ਨੇ ਉਹਨਾਂ ਨੂੰ ਜਨਾਬ ਮੇਰੀ ਉਹ ਕਹਿੰਦੇ ਨੇ ਤਿੰਨ ਹਫ਼ਤੇ ਦੇ ਅੰਦਰ ਮੁਲਕ ਛਾੜ ਦੇ ਉਹ ਫਿਰ ਬੜਾ ਅਫਸੋਸ ਲੱਗਦਾ ਨਾ ਯਾਰ ਇੱਕ ਇੱਕ ਬੰਦਾ ਸਾਰੀਆਂ ਕਸ਼ਤੀਆਂ ਜਲਾ ਕੇ ਆਏ ਆਵੇ ਤੇ ਪਿੱਛਾ ਜਾਣਾ ਪੈ ਜੇ ਤੇ ਉਹ ਤੇ ਕੋ ਕਦੇ ਪੁੱਛੇ ਨਾ ਬੰਦਾ ਕਿ ਗੁਜ਼ਰਦੀ ਤੇ ਬਹਰਾਲ ऐसे जनाब एक छोटा सा वीडियो और ਤੁਹਾਨੂੰ ਪਤਾ ਹੈ ਮੈਂ ਜਿਸ ਵੇਲੇ ਵੀ ਕੋਈ ਵੀਡੀਓ ਬਣਾਈ ਹੈ ਜਾਂ ਕੋਈ ਬੰਦੇ ਦੀ ਤੇ ਇਤਬਾਰ ਵਾਲਾ ਬੰਦਾ ਹੁੰਦਾ ਉਹ ਅਗਲਾ ਬੰਦਾ ਇਤਬਾਰ ਵਾਲਾ ਤੁਹਾਨੂੰ ਧੋਖਾ ਨਹੀਂ ਦੇਣ ਵਾਲਾ ਤੇ ਇਸ ਵਾਸਤੇ ਜਨਾਬ ਬਹੁਤ ਅੱਛਾ ਕੋਈ ਬੰਦਾ ਹੋਵੇ ਜਿਹੜਾ ਟੈਕਸੀ ਦਾ ਕੰਮ ਸਹੀ ਕਰੇ ਤੁਹਾਨੂੰ ਜਨਾਬ ਹਰ ਚੀਜ਼ ਮਿਲੇਗੀ ਜਿਹੜੀ ਇਥੇ ਦੇ ਮੁਤਾਬਕ ਮਿਲਣੀ ਚਾਹੀਦੀ ਏ ਤੇ ਦੁਆਵਾਂ ਯਾਦ ਰੱਖਿਓ ਜਨਾਬ ਬਹੁਤ ਸ਼ੁਕਰੀਆ ਸਾਹਿਬ ਦੋਸਤਾਂ ਦਾ ਕਿਉਂਕਿ ਮੇਰੇ ਕੋਲ ਜਦੋਂ ਇਨਫਰਮੇਸ਼ਨ ਹੁੰਦੀ ਹੈ ਉਦੋਂ ਹੀ ਮੈਂ ਕੋਸ਼ਿਸ਼ ਕਰਨਾ ਵੀਡੀਓ ਬਣਾਉਣ ਦੀ ਬਾਕੀ ਇਤਨਾ ਟਾਈਮ ਹੀ ਨਹੀਂ ਹੁੰਦਾ ਤੇ ਉਹ ਕਿ ਜਨਾਬ ਰੱਬ ਸੋਨੇ ਦੇ ਵਾਲੇ ਅੱਲਾ ਹਾਫਿਜ਼